ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀ ਕੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗਦਰੀ ਬਾਬਿਆਂ ਦੀ ਬੇਅਦਬੀ ਦਾ ਮਾਮਲਾ ਭਖਿਆ ਹੋਇਆ। ਇਸ ਮਾਮਲੇ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਪਿੰਡ ਦੇ ਸਰਪੰਚ ਤੇ ਗ੍ਰਾਮ ਪੰਚਾਇਤ ਦਾ ਵੀ ਨਾਮ ਉਛਾਲਿਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਦੀ ਪੰਚਾਇਤ ਵੱਲੋਂ ਬੀਤੇ ਦਿਨ ਇੱਕ ਮੀਟਿੰਗ ਰੱਖੀ ਗਈ, ਜਿਸ ਦੇ ਵਿੱਚ ਲੋਕਾਂ ਸਾਹਮਣੇ ਪਿੰਡ ਦੇ ਸਰਪੰਚ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਗਦਰੀ ਬਾਬਿਆਂ ਦੇ ਕਰਕੇ ਢੁੱਡੀ ਕੇ ਪਿੰਡ ਦੀ ਹੋਂਦ ਹੈ ਤੇ ਗਦਰੀ ਬਾਬਿਆਂ ਦੀ ਬੇਅਦਬੀ ਉਹ ਵੀ ਕਦੇ ਬਰਦਾਸ਼ਤ ਨਹੀਂ ਕਰਨਗੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੇ ਉੱਪਰ ਬੇਅਦਬੀ ਦੇ ਦੋਸ਼ ਲਗਾਏ ਜਾ ਰਹੇ ਨੇ ਉਹ ਨੌਜਵਾਨ ਉਸ ਦਿਨ ਪਿੰਡ ਦੇ ਵਿੱਚ ਮੌਜੂਦ ਨਹੀਂ ਸਨ। ਪੰਚਾਇਤ ਦੇ ਕਾਨੂੰਨੀ ਸਲਾਹਕਾਰ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸਲ ਦੇ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ, ਸਗੋਂ ਹਨੇਰੀ ਕਰਕੇ ਝੰਡਾ ਜੋ ਕਿ ਪੁਰਾਣੀ ਹਾਲਤ ਦੇ ਵਿੱਚ ਸੀ ਪਾਟ ਗਿਆ, ਜਿਸ ਨੂੰ ਕਿ ਰਾਜਨੀਤਿਕ ਲੋਕਾਂ ਵੱਲੋਂ ਬੇਅਦਬੀ ਦਾ ਨਾਮ ਦੇ ਕੇ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਜਗਤ ਸੇਵਕ ਵੈਬ ਟੀਵੀ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢਿੱਲੋਂ ਦੀ ਰਿਪੋਰਟ। ਉਹਨਾਂ ਦੇ ਸੰਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਅੱਜ ਕਿ ਜੋ ਕਿ ਪਿੰਡਾਂ ਦੇ ਬਾਹਰਲੇ ਜੋ ਕਮੇਟੀਆਂ ਬਣੀਆਂ ਉਹਨਾਂ ਨੂੰ ਸਾਡੇ ਪਿੰਡ ਦਾ ਪਤਾ ਲੱਗੇ ਵੀ ਸਾਡੇ ਪਿੰਡ ਵਿੱਚ ਜੋ ਬੇਅਦਬੀ ਹੋਈ ਆ, ਜੋ ਤੇਜ਼ ਹਨੇਰੀ ਆਈ ਆ, ਉਹਨਾਂ ਦੇ ਕਾਰਨ ਹੋਈ ਆ। ਦੂਜੀ ਗੱਲ, ਜੋ ਅਖਬਾਰਾਂ ਦੇ ਵਿੱਚ ਗਲਤ ਖਬਰਾਂ ਛੱਪੀਆਂ ਗਈਆਂ ਕਿ ਬਾਬਾ ਜੀ ਦੇ ਬੁੱਤ ਨੂੰ ਕਾਲਖ ਮਾਰ ਦਿੱਤੀ ਗਈ ਹੈ, ਇੱਦਾਂ ਹੋ ਗਿਆ, ਉਹ ਦਰਅਸਲ ਉਹਨਾਂ ਤੱਕ ਪਹੁੰਚਾ ਦਿੱਤੇ ਸਰਾਸਰ ਸਭ ਝੂਠ ਹੈ। ਅਤੇ ਜੋ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਹਨ ਸਾਰਿਆਂ ਨੂੰ ਅਸੀਂ ਨਾਲ ਲਿਆ, ਨਾਲ ਲੈ ਕੇ ਗੱਲਬਾਤ ਕੀਤੀ, ਉਹਨਾਂ ਨੇ ਵੀ ਅੱਜ ਇਹੀ ਪ੍ਰਚਾਰ ਕੀਤੇ ਭਾਈ ਜੀ ਉਹ ਬੇਅਦਬੀ ਨਹੀਂ ਹੋਈ ਆ, ਜੇ ਹੋਈ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹ ਕੇ ਉਹਨਾਂ ਨੂੰ ਅਸੀਂ ਜੋ ਵੀ ਧਾਰਾ ਲੱਗਦੀ ਆ ਬਣਦੀ ਉਹਨਾਂ 'ਤੇ ਅਸੀਂ ਕਾਰਵਾਈ ਕਰਾਂਗੇ। ਸਾਡਾ ਪਿੰਡ ਸਾਰਾ ਨਾਲ ਆ ਉਹਨਾਂ ਦੇ, ਅਸੀਂ ਉਹਨਾਂ ਨੂੰ ਜਿੱਡੀ ਵੀ ਸਜ਼ਾ ਉਹਨੂੰ ਦਿਵਾਵਾਂਗੇ। ਤੁਸੀਂ ਮੀਡੀਆ ਰਾਹੀਂ ਕੀ ਅਪੀਲ ਕਰਨੀ ਚਾਹੁੰਦੇ ਆ ਲੋਕਾਂ ਨੂੰ? ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਢੁੱਡੀ ਕੇ ਗਦਰੀ ਬਾਬਾ ਜੀ ਦੀਆਂ ਜਗ੍ਹਾ ਬਣੀਆਂ, ਦੇਸ਼ ਭਗਤ ਪਿੰਡ ਆ ਸਾਡਾ, ਲਾਲਾ ਲਾਜਪਤ ਰਾਏ ਦਾ ਪਿੰਡ ਆ, ਜਸਵੰਤ ਕਮਲ ਜੀ ਵਾਲੇ ਬਹੁਤ ਪਿੱਛੇ ਨਾਵਲਕਾਰ ਹਨ। ਸਾਡੇ ਪਿੰਡ ਦੇ ਵਿੱਚ ਕੋਈ ਇੱਦਾਂ ਦੀ ਜੋ ਸ਼ਾਂਤੀ ਹੈ ਸ਼ਾਂਤੀ ਬਣੀ ਰਹਿਣ ਦਿਓ। ਸਾਡੇ ਪਿੰਡ ਦੇ ਵਿੱਚ ਤੁਸੀਂ ਪੁੱਛਗਿੱਛ ਕਰ ਸਕਦੇ ਹਾਂ, ਆਪਣੀ ਇਨਕੁਆਇਰੀ ਕਰ ਸਕਦੇ ਹਾਂ ਕਿ ਸਾਡੇ ਪਿੰਡ ਵਿੱਚ ਬੇਅਦਬੀ ਹੋਈ ਕਿ ਨਹੀਂ, ਪਰ ਕਿਸੇ ਦੇ ਮਗਰ ਲੱਗ ਕੇ ਨਾ ਕਹੋਗੇ ਹਾਂਜੀ ਬੇਅਦਬੀ ਹੋਈ ਆ। ਇਨਕੁਆਇਰੀ ਕਰੋ ਵਾਲੀ ਜੋ ਤੁਹਾਡੀਆਂ ਕਲੱਬਾਂ ਬਣੀਆਂ ਉਹਨਾਂ ਦੇ ਜੋ ਮੇਨ ਪ੍ਰਧਾਨ ਹਨ, ਪੰਜ ਕਮੇਟੀ ਮੈਂਬਰ ਆ, ਜੋ ਵੀ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ, ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹਨ ਕਿ ਸਰਪੰਚ ਸਾਹਿਬ ਸਾਡੇ ਪਿੰਡ ਵਿੱਚ ਬੇਅਦਬੀ ਹੋਈ ਆ, ਸਾਨੂੰ ਇਹਦੇ ਬਾਰੇ ਦੱਸੋ ਚਾਨਣਾ ਪਾਓ। ਮੈਂ ਆਪਦੀ ਗ੍ਰਾਮ ਸਭਾ ਨੂੰ ਸੱਦਾ, ਉਹਨਾਂ ਨਾਲ ਗੱਲਬਾਤ ਕਰਾਂ, ਜੋ ਹੋਰ ਕਮੇਟੀਆਂ ਬਣੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂ, ਉਹਨਾਂ ਗੱਲ ਸਾਹਮਣੇ ਆਵੇ ਕੀ ਸੱਚ ਆ ਕਿ ਕਿਸ ਝੂਠ ਆ, ਉਹਨਾਂ ਨੂੰ ਪਤਾ ਲੱਗੇ ਗੱਲਾਂ। ਪੁਲਿਸ ਪ੍ਰਸ਼ਾਸਨ ਦਾ ਇਸ ਮਾਮਲੇ 'ਚ ਕੀ ਕਹਿਣਾ? ਪੁਲਿਸ ਪ੍ਰਸ਼ਾਸਨ ਦਾ ਤਾਂ ਇਹੀ ਕਹਿਣਾ ਜੀ ਦੋਸ਼ੀਆਂ ਨੂੰ ਆਪਾਂ ਸਜ਼ਾ ਦੇਵਾਂਗੇ, ਪਰ ਜੋ ਦੋਸ਼ੀ ਆ ਉਹ ਅੱਗੇ ਨਹੀਂ ਆ ਰਹੇ। ਜੋ ਮੁੰਡਿਆਂ ਦਾ ਨਾਂ ਲਿਆ ਗਿਆ ਸੀ ਉਹ 8 ਤਰੀਕ ਨੂੰ ਹਜ਼ੂਰ ਸਾਹਿਬ ਗਏ ਹੋਏ ਸਨ, ਜੋ ਘਟਨਾ ਵਾਪਰੀ ਆ ਉਹ 10 ਤਰੀਕ ਨੂੰ ਵਾਪਰੀ ਰਾਤ ਨੂੰ, 11 ਤਰੀਕ ਨੂੰ ਪਤਾ ਲੱਗਾ ਗਿਆ, ਉਹਨਾਂ ਦੀ ਲੋਕੇਸ਼ਨਾਂ ਨਿਕਲੀਆਂ ਗਈਆਂ, ਉਹਨਾਂ ਦੀਆਂ ਜੋ ਆਈਫੋਨ ਵਿੱਚ ਫੋਟੋਆਂ ਸਨ ਉਹਨਾਂ ਦੀ ਡਿਟੇਲ ਨਿਕਲੀ ਗਈਆਂ, ਅਤੇ ਕਿੰਨੀ ਤਰੀਕ ਨੂੰ ਫੋਟੋ ਖਿੱਚ ਕੇ ਕੋਈ ਵੀਡੀਓ ਬਣੀ ਆ, ਉਹ ਸਾਰਾ ਕੁਛ ਪੁਲਿਸ ਦੇ ਕੋਲ ਆ ਗਿਆ ਵਾ, ਉਹ ਵੀ ਹੁਣ ਕਿਸੇ ਨੂੰ ਨਹੀਂ ਫੜ ਸਕਦੇ ਕਿਉਂਕਿ ਜੋ ਹੋਇਆ ਵਾ ਉਹ ਤੇਜ਼ ਹਨੇਰੀ ਦੇ ਕਾਰਨ ਹੀ ਹੋਇਆ ਹੈ, ਕਿਉਂਕਿ ਝੰਡੇ ਲੱਗੇ 1.5 ਸਾਲ ਹੋ ਗਿਆ ਉਹਨੂੰ ਲੱਗੇ ਨੂੰ, ਪੁਰਾਣਾ ਹੋ ਗਿਆ, ਉਹ ਹਨੇਰੀ ਆਈ ਉਸੇ ਕਰਕੇ ਉਹ ਕੱਪੜਾ ਗੋਡਾ ਆਇਆ ਸੀ ਉਹ ਲੈ ਗਿਆ। ਜੇ ਫਿਰ ਜੇ ਇਹਨਾਂ ਨੂੰ ਲੱਗਦਾ ਕਿ ਹਾਂਜੀ ਇਹ ਹੋਈ ਘਟਨਾ, ਅਸੀਂ ਉਹਨਾਂ ਦੇ ਨਾਲ ਆ, ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ, ਅਸੀਂ ਉਹਨਾਂ ਨਾਲ ਦਿੱਖ ਪਾਸੇ ਤੁਰਾਂਗੇ, ਜਿੰਨੀ ਮਰਜ਼ੀ ਸਜ਼ਾ ਉਹਨਾਂ ਨੂੰ ਕਰਾਉਣੀ, ਅਸੀਂ ਨਾਲ ਖੜ੍ਹੇ ਹਾਂ, ਮੇਰੇ ਤੱਕ ਲੋੜ ਆ ਮੈਂ ਇਹਦੇ ਨਾਲ ਖੜ੍ਹਾਂ, ਮੇਰੀ ਸਾਰੀ ਟੀਮ ਆ, ਮੇਰੇ ਪੰਚਾਇਤ ਮੈਂਬਰ ਮੇਰੇ ਨਾਲ ਸਾਰੇ ਉਹਨਾਂ ਨਾਲ ਖੜ੍ਹੇ ਹਾਂ। ਅਲਗਾ ਕਮੇਟੀ ਜੋ ਪਿੰਡ ਢੁੱਡੀ ਦੇ ਵਿੱਚ ਬਣੀ ਹੋਈ ਹੈ ਉਹਦਾ ਮੈਂ ਸੀਨੀਅਰ ਮੀਟ ਪ੍ਰਧਾਨ, ਅਸੀਂ ਇੱਕ ਪਿੰਡ ਦੇ ਵਿੱਚ ਬਾਜਾਪਤੀ ਧਰਮਸ਼ਾਲਾ ਦੇ ਕੋਲ ਯਾਦਗਾਰ ਬਣਾਈ ਹੈ, ਅਤੇ ਜਿਹੜਾ ਇਹ ਗਦਰੀ ਬਾਬਾ ਈਸ਼ਰ ਸਿੰਘ ਪਾਰਕ ਦੇ ਵਿੱਚ
ਬਹੁਤ ਇੱਥੇ ਸਥਾਪਿਤ ਕੀਤਾ ਹੈ, ਉਹ ਵੀ ਸਾਡੀ ਇੱਥੇ ਕਮੇਟੀ ਐਕਟ ਹੀ ਹੈ ਪਿੰਡ ਵਿੱਚ, ਉਹਦੇ ਵੱਲੋਂ ਹੀ ਸਥਾਪਿਤ ਕੀਤਾ ਗਿਆ। ਜਿਹੜਾ ਆਹ ਇਸ਼ੂ ਉੱਠਿਆ ਜਿਵੇਂ ਝੰਡੇ ਦੀ ਉਹਨੂੰ ਛੇੜਛਾੜ ਕੀਤੀ ਗਈ ਹੈ, ਮੈਨੂੰ ਲੱਗਦਾ ਬੇਅਦਬੀ ਵਾਲੀ ਗੱਲ ਨਾ ਬੁੱਤ ਵਾਲੀ ਗੱਲ ਥੋੜ੍ਹੀ ਜ਼ਿਆਦਾ ਹੋ ਰਹੀ ਹੈ, ਬੇਅਦਬੀ ਵਾਲੀ ਗੱਲ ਨਹੀਂ ਹੋਈ, ਇਹ ਝੰਡੇ ਨੂੰ ਹੀ ਛੇੜਛਾੜ ਹੋਈ। ਉਹ ਕਾਰਨ ਚਲੋ ਆਪਾਂ ਸਮਝਦੇ ਸ਼ਾਇਦ ਨਹੀਂ ਗਿਆ ਵੀ ਹੋ ਸਕਦਾ, ਅਤੇ ਖਰਾਬ ਵੀ ਬੰਦਾ ਵਿੱਚ ਕਰਦਾ, ਅਤੇ ਉਹਦੇ ਵਿੱਚ ਕੁਛ ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਪ੍ਰੈਸ ਦੇ ਵਿੱਚ ਵੀ ਆ ਰਿਹਾ, ਸਾਨੂੰ ਤਾਂ ਪਿੰਡ ਵਾਸੀਆਂ ਨੂੰ ਅਤੇ ਕਮੇਟੀ ਸਾਰਿਆਂ ਨੂੰ ਦੁੱਖ ਲੱਗ ਰਿਹਾ ਵੀ ਇਹ ਪਿੰਡ ਦੇ ਵਿੱਚ ਹੀ ਮਸਲਾ ਨਜਿੱਠਿਆ ਜਾ ਸਕਦਾ ਅਤੇ ਨਜਿੱਠਿਆ ਜਾਵੇ, ਕਿਉਂਕਿ ਢੁੱਡੀ ਕੇ ਪਿੰਡ ਗਦਰੀ ਬਾਬਿਆਂ ਦੇ ਨਾਂ 'ਤੇ ਜਾਣਿਆ ਜਾਂਦਾ, ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਇਹ ਦੋਨੋਂ ਗਦਰੀ ਬਾਬਾ ਈਸ਼ਰ ਸਿੰਘ ਅਤੇ ਗਦਰੀ ਬਾਬਾ ਰੂਪ ਸਿੰਘ ਨੂੰ 18 June 1916 ਨੂੰ ਫਾਂਸੀ ਹੋਈ ਸੀ। ਅਤੇ ਮੇਰੀ ਤਾਂ ਇਹੀ ਅਪੀਲ ਹੈ ਵੀ ਸਾਰਿਆਂ ਧਿਰਾਂ ਮਿਲ ਕੇ ਇਸ ਮਸਲੇ ਨੂੰ ਇੱਥੇ ਨਜਿੱਠ ਲੈਣ, ਇਹਨੂੰ ਕੋਈ ਬਹੁਤੀ ਵੱਡੀ ਗੱਲ ਨਾ ਬਣਾ ਜਾਵੇ। ਜਿਵੇਂ ਗੱਲਬਾਤ ਸਾਰੀ ਸੁਣ ਰਹੇ ਹਾਂ ਵੀ ਢੁੱਡੀ ਕੇ ਦੇ ਸਰਪੰਚ ਨੇ ਵੀ ਇਹ ਕਿਹਾ ਵੀ ਜਿਹੜਾ ਕੋਈ ਦੋਸ਼ੀ ਹੈ ਉਹਨੂੰ ਅਸੀਂ ਨਾਲ ਸਜ਼ਾ ਦਵਾਉਣਾ। ਜਿਸ ਢੰਗ ਦੇ ਨਾਲ ਇਸ ਮਾਮਲੇ ਦੇ ਵਿੱਚ ਸਰਪੰਚ ਜਸਵੀਰ ਸਿੰਘ ਦਾ ਨਾਮ ਉਛਾਲਿਆ ਜਾ ਰਿਹਾ, ਉਹ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਸਹੀ ਹੈ? ਮੈਨੂੰ ਬਿਲਕੁਲ ਸਹੀ ਨਹੀਂ ਲੱਗਦਾ, ਉਹ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ, ਜਿੱਥੇ ਨਿਊਜ਼ ਪੜ੍ਹੀ ਉੱਥੇ ਬੜਾ ਦੁੱਖ ਹੈ ਵੀ ਇਹ ਗੱਲ ਗਲਤ ਹੈ। ਹਾਲਾਂਕਿ ਜਦੋਂ ਜਿਨ੍ਹਾਂ ਨੇ ਨਾਮ ਕਰਵਾਏ ਆ ਉਹਨਾਂ ਨੇ ਵੀ ਨਾਮ ਵਾਪਸ ਲੈ ਲਏ ਆ, ਹੁਣ ਪਤਾ ਵੀ ਲੱਗ ਗਿਆ ਵੀ ਜਿਹੜੇ 3 ਮੁੰਡਿਆਂ ਦੇ ਨਾਲ ਖਾਈ ਸੀ ਉਹ ਵੀ ਉਹਦੇ ਉੱਤੇ ਹੈ ਨਹੀਂ ਸੀਗੇ, ਅਤੇ ਉਹ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ। ਜਿੰਨਾ ਕੁ ਅਸੀਂ ਦੇਖ ਰਹੇ ਹਾਂ ਪਿੰਡ ਵਾਸੀ ਵਧੀਆ ਸਰਪੰਚ ਕੰਮ ਕਰ ਰਿਹਾ, ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ, ਅਤੇ ਇਹ ਕੰਮ ਠੀਕ ਨਹੀਂ। ਮਸਲਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ, ਇਸ ਬਾਰੇ ਤੁਸੀਂ ਇੱਕ ਪਿੰਡ ਨਿਵਾਸੀ ਹੋਣ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜੋ ਹੁਣ ਤੱਕ ਸਾਡੇ ਕੋਲ ਘਟਨਾ ਕਰਨ ਬਾਰੇ ਰਿਪੋਰਟ ਆਈ ਆ ਉਹ ਇਹੀ ਹੈ ਕਿ ਬਾਬਾ ਈਸ਼ਰ ਸਿੰਘ ਦੇ ਬੁੱਤ ਨਾਲ ਉਹਨਾਂ ਦੇ ਹੱਥ ਵਿੱਚ ਜਿਹੜਾ ਝੰਡਾ ਫੜਿਆ ਹੋਇਆ ਸੀ ਉਹ ਝੰਡੇ ਨਾਲ ਛੇੜਛਾੜ ਹੋਈ ਹੈ, ਔਰ ਇਸ ਸੰਬੰਧ ਵਿੱਚ ਉਹ ਸਰਪੰਚ ਸਾਹਿਬ ਨੂੰ ਮਿਲੇ। ਸਰਪੰਚ ਸਾਹਿਬ ਨੇ ਕਿਹਾ ਕਿ ਦੇਖੋ ਹੋ ਸਕਦਾ ਕਿਸੇ ਸ਼ਰਾਰਤੀ ਬੰਦੇ ਦਾ ਕਾਰਾ ਹੋਵੇ, ਹੋ ਸਕਦਾ ਕੁਦਰਤੀ ਵੀ ਹੋਇਆ ਹੋਵੇ ਕਿਉਂਕਿ ਉੱਧਰ ਹਨੇਰੀ ਬਹੁਤ ਆਈ ਸੀ, ਪਰ ਇਹਨਾਂ ਨੇ ਇਹ ਵੀ ਮੇਰੇ ਸੁਣ। ਦੇਖੋ ਜੀ, ਇਸ ਮਾਮਲੇ ਦੇ ਵਿੱਚ ਸਾਡੇ ਸਤਿਕਾਰਯੋਗ DSP ਨਿਹਾਲ ਸਿੰਘ ਵਾਲਾ ਸਰਦਾਰ ਗੁਰਦੇਵ ਸਿੰਘ ਭੱਲਾ ਜੀ, ਉਹਨਾਂ ਨੂੰ ਵੀ ਅਸੀਂ ਮਿਲੇ ਹਾਂ, ਉਹਨਾਂ ਦੇ ਬਹੁਤ ਪੋਜ਼ਿਟਿਵ ਰੋਲ ਹੈ ਇਸ ਦੇ ਵਿੱਚ, ਕਿਉਂਕਿ ਇਹ ਸਾਰਾ ਜਿਹੜਾ ਮੈਟਰ ਹੈ ਇਹ ਪੋਲੀਟੀਕਲੀ ਪ੍ਰੋਪੋਗੰਡਾ ਇਹਨੂੰ ਬਣਾਇਆ ਜਾ ਰਿਹਾ, ਜੋ ਸਾਡੇ ਪਿੰਡ ਦੇ ਜੋ ਇਸ ਮੁਕੱਦਮੇ ਦੇ ਮੁਦਈ ਨੇ ਉਹ ਸਾਡੇ ਨਾਲ ਪੂਰੇ ਸਹਿਮਤ ਨੇ, ਸਾਡੇ ਕਿਸੇ ਵੀ ਪਿੰਡ ਦੀ ਜਿਹੜੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੇ ਖਾਤਰ ਜੋ ਬਾਹਰਲੀਆਂ ਕਮੇਟੀਆਂ ਬਣੀਆਂ ਹੋਈਆਂ ਜਾਂ ਬਾਹਰਲੀਆਂ ਜੋ ਤਾਕਤਾਂ ਵਾ ਉਹ ਸਾਡੇ ਪਿੰਡ ਦੇ ਵਿੱਚ ਸਾਜਿਸ਼ ਰਚ ਰਹੀਆਂ ਵੀ ਪਿੰਡ ਦੇ ਵਿੱਚ ਜੋ ਵਿਕਾਸ ਹੋ ਰਹੇ ਆ ਉਹਨਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਠੱਲ ਪਾਈਏ।
ਇਸ ਸੰਬੰਧ ਵਿੱਚ ਅਸੀਂ SSP ਮੋਗਾ ਨੂੰ ਵੀ ਕੱਲ੍ਹ ਮਿਲੇ ਹਾਂ। ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਕਿ ਹਰ ਤਰ੍ਹਾਂ ਦਾ ਇਨਸਾਫ ਹਰ ਵਿਅਕਤੀ ਨੂੰ ਮਿਲੂਗਾ। ਇਸ ਮੁਕਾਸਦ ਦੇ ਵਿੱਚ ਕਿਸੇ ਵੀ ਵਿਦੋਸ਼ੀ ਵਿਅਕਤੀ ਨੂੰ, ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਅਨੱਕੇ ਵਿਅਕਤੀ ਨੂੰ ਨਹੀਂ ਫੜਿਆ ਜਾਊਗਾ।